ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰਾਂ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ 'ਤੇ। ਸੋ ਅੱਜ ਗੱਲ ਕਰਾਂਗੇ ਝੋਨੇ ਨੂੰ ਆਪਾਂ ਆਖਰੀ ਪਾਣੀ ਦੀ। ਭਾਵੇਂ ਆਪਾਂ ਨੇ ਜਿਹੜੀ ਕਣਕ ਦੀ ਬਜਾਈ ਆ ਕਿਸੇ ਵੀ ਇੰਪਲੀਮੈਂਟ ਦੇ ਨਾਲ ਕਰਨੀ ਆ ਕਿਸੇ ਵੀ ਢੰਗ ਦੇ ਨਾਲ। ਉਹਦੇ ਬਾਰੇ ਗੱਲਬਾਤ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤੀਆਂ ਜੇਕਰ ਸੁਪਰ ਸੀਡਰ ਜਾਂ ਆਪਾਂ ਜ਼ੀਰੋ ਡ੍ਰਿਲਰ ਨਾਲ ਬੀਜਣੀ ਆ ਜਾਂ ਵਾਕੀ ਬੀਜਣੀ ਆ ਤਾਂ ਉਸ ਵਿਸ਼ੇ ਤੇ ਆਪਾਂ ਗੱਲਬਾਤ ਕਰਦੇ ਹਾਂ। ਜਿਹੜੇ ਵੀ ਨਵੇਂ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਖੇਤੀਬਾੜੀ ਦੀਆਂ ਵੀਡੀਓ ਦੇ ਨਾਲ ਤੁਸੀਂ ਲਗਾਤਾਰ ਜੁੜੇ ਰਹੋਗੇ ਸਾਡੇ ਚੈਨਲ ਤੇ ਛੋ ਜੇਕਰ ਗੱਲ ਕਰੀਏ ਕਿਸਾਨ ਵੀਰੋ ਹੁਣ ਲਾਸਟ ਪਾਣੀ ਦੀ ਜਿਹੜੇ ਕਿਸਾਨ ਵੀਰਾਂ ਦੇ ਲੇਟ ਵੈਰਾਈਟੀਆਂ ਨੇ ਲੇਟ ਲੱਗਿਆ ਝੋਨਾਗਾ ਕਿਸੇ ਵੀ ਕਾਰਨ ਕਰਕੇ ਲੰਮੇ ਸਮੇਂ ਵਾਲਾ ਜਹਾਜ ਪੀਆਰ 126 ਵਰਗੇ ਜਿਨ੍ਹਾਂ ਦੇ ਇੱਕ ਤੋਂ ਦੋ ਪਾਣੀ ਰਹਿੰਦੇ ਨੇ ਇਹ ਖਾਸ ਕਰਕੇ ਉਹਨਾਂ ਕਿਸਾਨ ਵੀਰਾਂ ਵਾਸਤੇ ਜਿਹੜੇ ਕਿਸਾਨ ਵੀਰੋ ਪਾਣੀ ਬੰਦ ਕਰ ਚੁੱਕੇ ਨੇ ਉਹਨਾਂ ਵਾਸਤੇ ਕੋਈ ਖਾਸ ਵੀਡੀਓ ਦੇ ਵਿੱਚ ਹੋਣ ਵਾਲਾ ਨਹੀਂ हां ठीक है वीडियो सुन सकदे हो किसान वीरो क्योंकि अगले साल तक आ सकदी है गल सो गल करिए किसान वीरो जेड़े किसान वीर ਕਣਕ ਉਸੇ ਬੱਤਰ ਚ ਬੀਜਣਾ ਚਾਹੁੰਦੇ ਆ ਕਿਉਂਕਿ ਜਿਹੜੇ ਲੇਟ ਜਾਊਗਾ ਜਿਹਦੀ ਝੋਨੇ ਦੀ ਕਟਾਈ ਉਹ ਵੀ ਰੰਤਾ ਉਸੇ ਬੱਤਰ ਚ ਬੀਜਣੀ ਪੈਣੀ ਆ ਜਿਹੜੇ 20 ਤੋਂ ਬਾਅਦ ਕਟਾਈ ਕਰਨਗੇ ਠੀਕ ਆ ਜਿਹੜੇ ਹੁਣ ਕਟਾਈ ਕਰ ਰਹੇ ਨੇ ਉਹਨਾਂ ਨੇ ਰੌਣੀ ਲਾ ਦੇਣੀ ਆ ਜਾਂ ਕਿਸੇ ਵੀ ਢੰਗ ਦੇ ਨਾਲ ਆਪਣੀ ਬੀਜ ਲੈਣੀ ਆ ਛੋ ਉਹਨਾਂ ਵਾਸਤੇ ਜੇਕਰ ਗੱਲ ਕਰੀਏ ਕਿਸਾਨ ਵੀਰੋ ਜੇਕਰ ਦੋ ਪਾਣੀ ਰਹਿੰਦੇ ਨੇ ਤੁਹਾਡੇ ਕਈ ਵਾਰੀ ਕੀ ਹੁੰਦਾ ਨਾ ਆਪਾਂ ਨੇ ਦੇਖਿਆ ਹੋਣਾ ਕਿ ਆਪਣੇ ਬੱਟਾਂ ਬਣਿਆਂ ਦੇ ਕੋਲ ਬਹੁਤ ਘੱਟ ਦਾਣੇ ਹੁੰਦੇ ਨੇ ਜਿਹੜੇ ਪੱਕੇ ਹੁੰਦੇ ਆ ਬਾਕੀ ਕੱਚੇ ਜੇ ਦਿਖਾਈ ਦਿੰਦੇ ਹੁੰਦੇ ਆ ਤੇ ਦੂਸਰੀ ਫਸਲ ਪੱਕ ਜਾਂਦੀ ਆ ਜਦੋਂ ਆਪਾਂ ਕਟਾਈ ਕਰਦੇ ਆ ਤਾਂ ਉਹ ਦਾਣੇ ਜਿਹੜੇ ਉਹ ਆਪਣੇ ਕੱਚੇ ਜਦੋਂ ਆਪਣੀ ਕਟਾਈ ਹੋ ਗਈ ਜਾਂ ਤਾਂ ਉਸੇ ਦਿਨੀ ਉਹ ਖਰਾਬਾ ਹੋ ਜੂ ਉਹਨਾਂ ਦਾ ਤੇ ਨਹੀਂ ਫਿਰ ਉਹਨੇ ਫੋਕ ਬਣ ਕੇ ਜਿਹੜੀ ਆਪਣੀ ਝਾਰ ਲੱਗਣਾ ਫਸਲ ਨੂੰ ਉਸ ਟਾਈਮ ਤੇ ਉਹਨੇ ਉੱਡੀ ਜਾਣਾ ਹੁੰਦਾ ਪਿੱਛੇ ਫੂਸ ਬਣ ਕੇ ਸੋ ਉਹ ਤੋਂ ਬਚਣ ਵਾਸਤੇ ਕਿਸਾਨ ਵੀਰੋ ਜਿਹੜੇ ਕਿਸਾਨ ਵੀਰਾਂ ਦੇ ਲਾਸਟ ਦੋ ਪਾਣੀ ਰਹਿੰਦੇ ਨੇ ਪੂਰਾ ਭਰਕੇ ਪਾਣੀ ਲਾ ਸਕਦੇ ਹੋ ਤੁਸੀਂ ਬਹੁਤ ਸਾਰੇ ਕਿਸਾਨ ਵੀਰਾਂ ਦੀ ਮਜਬੂਰੀ ਹੂ ਕਿ ਪਾਣੀ ਜਿਹੜਾ ਲਾਉਣਾ ਤਾਂ ਹੈ ਪਰ ਜੇਕਰ ਜ਼ਿਆਦੇ ਭਰਕੇ ਲਾਉਂਦੇ ਆ ਤਾਂ ਕਟਾਈ ਦੇ ਸਮੇਂ ਪ੍ਰੋਬਲਮ ਆ ਸਕਦੀ ਹੈ ਤਾਂ ਕਿਸਾਨ ਵੀਰੋ ਇੱਕ ਵਾਰੀ ਖੇਤ ਨੂੰ ਭਰ ਜ਼ਰੂਰ ਲਓ ਪੂਰਾ ਕਿਉਂਕਿ ਜਦੋਂ ਆਪਾਂ ਪਤਲੇ ਜਿਹੇ ਪਾਣੀ ਲਾਉਨੇ ਹਨ ਪਿੱਛੋਂ ਜਾ ਕੇ ਉਸ ਟਾਈਮ ਤੇ ਇੱਥੇ ਪ੍ਰੋਬਲਮ ਜ਼ਿਆਦਾ ਆਉਂਦੀ ਹੈ ਤਾ ਇਸ ਕਰਕੇ ਕਿਸਾਨ ਵੀਰੋ ਇੱਕ ਸਾਰ ਪਕਾਵਾ ਵਾਸਤੇ ਇੱਕ ਤਾਂ ਆਪਾਂ ਇਹੀ ਤਰੀਕਾ ਵਰਤੀ ਲਾਸਟ ਦੋ ਪਾਣੀ ਜ਼ਰੂਰ ਭਰ ਕੇ ਲਾਇਆ ਕਰੀਏ ਭਾਵੇਂ ਕਿ ਉਹਨਾਂ ਦੇ ਵਿਚਾਲੇ ਦੋ ਦਿਨ ਸਪੇਸ ਜ਼ਿਆਦਾ ਰੱਖ ਸਕਦੇ ਆ ਜਾਂ ਦੋ ਦਿਨ ਜੇਕਰ ਆਪਾਂ ਨੇ 10 ਦਿਨ ਪਹਿਲਾਂ ਪਾਣੀ ਬੰਦ ਕਰਨਾ ਤਾਂ ਆਪਾਂ 12 ਦਿਨ ਪਹਿਲਾਂ ਬੰਦ ਕਰ ਸਕਦੇ ਆ ਪਰ ਪਾਣੀ ਫੁੱਲ ਭਰ ਕੇ ਲਾਈਏ ਜਿਹੜਾ ਕਿ ਮਤਲਬ ਕਿ ਬੱਟਾਂ ਬੰਨਿਆਂ ਦੇ ਆਪਣੇ ਚੰਗੇ ਤਰੀਕੇ ਦੇ ਨਾਲ ਪਾਣੀ ਦੀ ਜਿਹੜੀ ਸੇਮ ਆ ਉਹ ਪ੍ਰੋਪਰ ਆਵੇ ਅਗਲੀ ਗੱਲ ਕਰੀਏ ਕਿਸਾਨ ਵੀਰੋ ਚਲੋ ਇਹ ਤਾਂ ਹੋ ਗਈ ਪਾਣੀ ਦੀ ਇੱਕ ਹੋਰ ਨਾਲ ਹੀ ਆਉਣ ਗੱਲ ਕਰਦੀ ਕਿਸਾਨ ਵੀਰੋਂ ਭਾਵੇਂ ਤੁਸੀਂ ਜੇਕਰ ਚਲੋ ਬਾਸ ਮਾਰ ਕੇ ਜਾਂ 0 ਡ੍ਰਿਲ ਦੇ ਨਾਲ ਖਰਚੇ ਸਾਫ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਬਜਾਈ ਕਰਨੀ ਹੈ ਤੇ ਫਿਰ ਕੋਈ ਪ੍ਰੋਬਲਮ ਨਹੀਂ ਪਰ ਜੇਕਰ ਸੁਪਰ ਸੀਡਰ ਹੈਪੀ ਸੀਡਰ ਸਮਾਰਟ ਸੀਡਰ ਜਾਂ ਸਰਫੇਸ ਸੀਡਰ ਜਾਂ ਖਾਸ ਕਰਕੇ ਮਲ ਸਿੰਘ ਨਾਲ ਬਜਾਈ ਕਰਨੀ ਹੈ ਤਾਂ ਉਹਨਾਂ ਕਿਸਾਨ ਵੀਰਾਂ ਨੂੰ ਬੇਨਤੀ ਹੈ ਜੇਕਰ ਤੁਹਾਡੇ ਝੋਨੇ ਦੇ ਵਿੱਚ ਸਪਰੇਅ ਕਰਨ ਦੀ ਸੁੰਡੀ ਵਾਲੀ ਦੀ ਥੋੜੀ-ਮੋਟੀ ਵੀ ਗੰਜਾਇਸ਼ ਹੈਗੀ ਤਾਂ ਸਪਰੇਅ ਜ਼ਰੂਰ ਕਰੋ ਇਹਦਾ ਬੈਨੀਫਿਟ ਕੱਲਾ ਹੋਣ ਨਹੀਂ ਮਿਲਣਾ ਕਿਸਾਨ ਵੀਰੋ ਲੰਬੇ ਸਮੇਂ ਲਈ ਕਰ ਸਕਦੇ ਹੋ ਤੁਸੀਂ ਸਿਸਟਮਿਕ ਸਪਰੇਅ ਕਰ ਸਕਦੇ ਹੋ ਕੰਟੈਕਟ ਭਾਵੇਂ ਨਾ ਕਰੋ ਜਿਹੜੇ ਵੀਰ ਇਨਾ ਇੰਪਲੀਮੈਂਟ ਦੇ ਨਾਲ ਕਣਕ ਦੀ ਬਿਜਾਈ ਕਰਨੀ ਚਾਹੁੰਦੇ ਆ ਸੋ ਉਹਦਾ ਕਾਰਨ ਕਿਸਾਨ ਵੀਰੋ ਕਈ ਵਾਰੀ ਕੀ ਹੁੰਦਾ ਨਾ ਆਪਣੀ ਜਿਹੜੀ ਸੁੰਡੀ ਹੁੰਦੀ ਆ ਗੋਭ ਦੀ ਸੁੰਡੀ ਜਿਹਨੂੰ ਜਿਹਾ ਜਿਹਾ ਕਣਕ ਆਪਣੀ ਜਦੋਂ ਉੱਗਦੀ ਆ ਇਦੋਂ ਆਪਣੀ ਕਣਕ ਛੋਟੀ ਹੁੰਦੀ ਹੈ ਉਹਦੇ ਜੜਾਂ ਦੇ ਵਿੱਚ ਲਾਲ ਜੀ ਛੁੰਡੀ ਪਾਈ ਜਾਂਦੀ ਹੈ ਉਹਦੀ ਜਿਹੜੀ ਬਿਉਂਦਬੰਦੀ ਹੈ ਕਿਸਾਨ ਵੀਰੋ ਹੁਣ ਤੋਂ ਕਰਨੀ ਪਊਗੀ ਕਿਉਂਕਿ ਉਸ ਟਾਈਮ ਤੇ ਪਰਾਲੀ ਦੇ ਵਿੱਚ ਬਹੁਤ ਘੱਟ ਕੰਟਰੋਲ ਹੁੰਦੀ ਹੈ ਇਹ ਜੇਕਰ ਕੰਟਰੋਲ ਹੁੰਦੀ ਵੀ ਆ ਤਾਂ ਫਿਰ ਆਪਣਾ ਉਸ ਟਾਈਮ ਤੱਕ ਇਹ ਨੁਕਸਾਨ ਕਰ ਚੁੱਕੀ ਹੁੰਦੀ ਹੈ ਕਿਉਂਕਿ ਜਦੋਂ ਤੱਕ ਆਪਾਂ ਨੂੰ ਪਤਾ ਲੱਗਦਾ ਉਦੋਂ ਤੱਕ ਕਾਫੀ ਸਾਰੇ ਖੇਤ ਇਹ ਖਰਾਬ ਕਰ ਚੁੱਕੀ ਹੁੰਦੀ ਹੈ ਸੋ ਇਸ ਕਰਕੇ ਇਹਦੀ ਜਿਹੜੀ ਵਿਉਂਤਵੰਦੀ ਕਿਉਂਕਿ ਇਹਦੀ ਜੜ ਵੀ ਕਿਸਾਨ ਵੀਰੋ ਜਿਹੜੀ ਨੀਮ ਆ ਇਹਦੀ ਉਹ ਆਪਣੀ ਸੰਢੀ ਆ ਜਿਹੜੀ ਹੁਣੇ ਤੋਂ ਰੱਖਣੀ ਸ਼ੁਰੂ ਕਰ ਦਿੰਦੀ ਹੈ ਤੇ ਆਪਾਂ ਇਹਦੀ ਵਿਉਂਤਵੰਦੀ ਵੀ ਉਦੋਂ ਹੀ ਸ਼ੁਰੂ ਕਰੀਏ ਜਦੋਂ ਇਹ ਆਪਣੀ ਨੀਮ ਰੱਖਣੀ ਸ਼ੁਰੂ ਕਰਦੀ ਹੈ ਸੋ ਇਹ ਕੇਜ ਜ਼ਰੂਰ ਤਿਆਰ ਰੱਖੋ ਕਿਸਾਨ ਵੀਰੋ ਤੇ ਜੇਕਰ ਬਾਖੀ ਵਗੈਰਾ ਬੀਜਣਾ ਜਾਂ ਜ਼ੀਰੋ ਟਿਲ ਦੇ ਨਾਲ ਖੇਤ ਨੂੰ ਬਿਲਕੁਲ ਸਾਫ਼ ਕਰਕੇ ਬੀਜਣਾ ਭਾਵੇਂ ਤੁਸੀਂ ਪਰਾਲ ਚਕਾ ਕੇ ਬੀਜਣਾ ਚੰਗੇ ਤਰੀਕੇ ਦੇ ਨਾਲ ਜਾਂ ਤੁਸੀਂ ਹੋਰ ਕਿਸੇ ਵੀ ਤਰੀਕੇ ਦੇ ਨਾਲ ਅੱਗ ਵਗੈਰਾ ਲਾ ਕੇ ਬੀਜਣੀ ਹੈ ਫਿਰ ਇਹਦੀ ਪ੍ਰੋਬਲਮ ਬਹੁਤ ਘੱਟ ਆਉਂਦੀ ਹੈ ਫਿਰ ਕੋਈ ਖਾਸ ਲੋੜ ਨਹੀਂ ਉਸ ਟਾਈਮ ਬਾਰੇ ਸੋਚਣ ਦੀ ਸੋ ਇਸ ਕਰਕੇ ਜਿਹੜੀ ਕਣਕ ਦੀ ਵਿਉਂਤਬੰਦੀ ਹੈ ਉਹ ਹੋਣੇ ਤੋਂ ਵੱਧ ਲਈ ਤੇ ਅਗਲੀਆਂ ਵੀਡੀਓ ਦੇ ਵਿੱਚ ਆਪਾਂ ਕਣਕ ਦੇ ਬੀਜਾਂ ਬਾਰੇ ਗੱਲਬਾਤ ਕਰਦੇ ਹਾਂ ਸਾਨੂੰ ਵੀਰੋ ਚੈਨਲ ਦੇ ਨਾਲ ਜੁੜੇ ਰਹਿੰਦੇ ਤੁਹਾਡਾ ਬਾਕੀ